हवाई जहाज के विच सफर करना किसनू पसंद नहीं है? जेकर तुसी भी कदे हवाई यात्रा कीती है तां तुसी उस दे लई एयरपोर्ट जरूर गए होवोगे। तुसी कई अजिहे एयरपोर्ट देखे होणगे जिहड़े कि देखण दे विच बहुत ज्यादा सोहणे बणे हुंदे ने। अज दी इस वीडियो दे विच असीं तुहानूं दुनिया दे कुछ अजिहे एयरपोर्ट बारे दसांगे जिन्हां बारे कहा जांदा है इत्थे लैंडिंग करदे समें पायलट नूं भी पसीना आ जांदा है। इन्हां एयरपोर्ट दे उपर जहाज नूं लैंड कर लई अते उस नूं उडाउण दे लई कुछ चुनिंदा पायलट ही हुंदे ने। नवें पायलट इन्हां जगह दे उपर जहाज उडाउण बारे सोच भी नहीं सकते। सो अज दी इस वीडियो दे विच असीं तुहानूं 10 अजे ही खतरनाक एयरपोर्ट बारे दसांगे। सो जुड़े रहो मेरे नाल, मैं हां तुहाडा होस्ट जसप्रीत सिंह ते तुसीं देख रहे हो ज्योत टीवी मीडिया। ਇਸਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਟੈਨਜਿੰਗ ਹਲੇਰੀ ਏਅਰਪੋਰਟ। ਇਹ ਏਅਰਪੋਰਟ ਨੇਪਾਲ ਦੇ ਵਿੱਚ ਮੌਜੂਦ ਹੈ ਤੇ ਇਹ ਦੁਨੀਆ ਦੇ ਸਭ ਤੋਂ ਖਤਰਨਾਕ ਏਅਰਪੋਰਟ ਦੇ ਵਿੱਚੋਂ ਇੱਕ ਹੈ। ਇਹ ਏਅਰਪੋਰਟ ਹਿਮਾਲਿਆ ਦੀਆਂ ਪਹਾੜੀਆਂ ਦੇ ਵਿਚਕਾਰ ਵਸੇ ਹੋਏ ਸ਼ਹਿਰ ਲੂਗਲਾ ਦੇ ਵਿੱਚ ਸਥਿਤ ਹੈ। ਇਸ ਕਰਕੇ ਇਸ ਏਅਰਪੋਰਟ ਨੂੰ ਲੂਗਲਾ ਏਅਰਪੋਰਟ ਵੀ ਕਿਹਾ ਜਾਂਦਾ ਹੈ। ਇਸ ਏਅਰਪੋਰਟ ਦੀ ਖਾਸ ਗੱਲ ਇਹ ਹੈ ਕਿ ਇਹ ਏਅਰਪੋਰਟ ਦਾ ਰਨਵੇ ਸਿਰਫ 527 ਮੀਟਰ ਲੰਬਾ ਹੈ, ਜਿਸ ਦੇ ਕਾਰਨ ਇਸ ਏਅਰਪੋਰਟ ਦੇ ਉੱਪਰ ਸਿਰਫ ਛੋਟੇ ਜਹਾਜ਼ ਹੀ ਉਤਰ ਸਕਦੇ ਹਨ। ਇਸ ਏਅਰਪੋਰਟ ਦੀ ਰਨਵੇ ਦੇ ਆਲੇ ਦੁਆਲੇ 600 ਮੀਟਰ ਤੋਂ ਵੀ ਜ਼ਿਆਦਾ ਡੂੰਘੀਆਂ ਖਾਈਆਂ ਨੇ। ਜੇਕਰ ਪਾਇਲਟ ਛੋਟੀ ਜਿਹੀ ਵੀ ਗਲਤੀ ਕਰਦਾ ਹੈ ਤਾਂ ਉਸਦੇ ਬਹੁਤ ਵੱਡੇ ਅੰਜਾਮ ਭੁਗਤਣੇ ਪੈਂਦੇ ਹਨ। ਤੇ ਉਸ ਤੋਂ ਜ਼ਿਆਦਾ ਖਤਰੇ ਵਾਲੀ ਗੱਲ ਇਹ ਹੈ ਕਿ ਹਿਮਾਲਿਆ ਦੇ ਵਿਚਕਾਰ ਹੋਣ ਕਰਕੇ ਇਸ ਏਅਰਪੋਰਟ ਦਾ ਮੌਸਮ ਜ਼ਿਆਦਾਤਰ ਖਰਾਬ ਹੀ ਰਹਿੰਦਾ ਹੈ, ਜਿਸ ਕਾਰਨ ਵੀ ਪਾਇਲਟ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ। ਨੰਬਰ 2 ਤੇ ਆਉਂਦਾ ਹੈ ਜਿਬਰਾਲਟਨ ਇੰਟਰਨੈਸ਼ਨਲ ਏਅਰਪੋਰਟ। ਇਸ ਏਅਰਪੋਰਟ ਨੂੰ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬ੍ਰਿਟਿਸ਼ ਨੇ ਨੇਵੀ ਦੀ ਐਮਰਜੈਂਸੀ ਲੈਂਡਿੰਗ ਦੇ ਲਈ ਬਣਾਇਆ ਸੀ। ਇਸ ਏਅਰਪੋਰਟ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਰਨਵੇ ਵੈਸਟਰਨ ਚਰਚਲ ਐਵਨਿਊ ਦੇ ਵਿੱਚੋਂ ਹੋ ਕੇ ਲੰਘਦਾ ਹੈ। ਇਹ ਦੁਨੀਆ ਦਾ ਇਕਲੌਤਾ ਜਿਹਾ ਰਨਵੇ ਹੈ ਜਿਸ ਦੇ ਬਿਲਕੁਲ ਵਿਚਕਾਰ ਦੀ ਸ਼ਹਿਰ ਦੀ ਮੇਨ ਸੜਕ ਲੰਘਦੀ ਹੈ। ਜਦੋਂ ਵੀ ਇਸ ਰਨਵੇ ਦੇ ਉੱਪਰ ਕੋਈ ਜਹਾਜ਼ ਲੈਂਡ ਜਾਂ ਟੇਕ ਆਫ ਕਰਦਾ ਹੈ ਤਾਂ ਸੜਕ ਦੇ ਦੋਨੇ ਪਾਸੇ ਦੇ ਟ੍ਰੈਫਿਕ ਨੂੰ ਰੋਕ ਦਿੱਤਾ ਜਾਂਦਾ ਹੈ। ਕਾਫੀ ਜ਼ਿਆਦਾ ਖਤਰਨਾਕ ਹੈ। ਜੇਕਰ ਇੱਥੇ ਕੋਈ ਵੀ ਗੱਡੀ ਗਲਤੀ ਦੇ ਨਾਲ ਸਿਗਨਲ ਤੋੜ ਦੇਵੇ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਹੈ। ਇੱਥੇ ਪੱਧਰੀ ਜਗ੍ਹਾ ਦੀ ਕਮੀ ਹੋਣ ਦੇ ਕਾਰਨ ਹੀ ਇਸ ਰਨਵੇ ਨੂੰ ਸ਼ਹਿਰ ਦੀ ਮੇਨ ਸੜਕ ਦੇ ਵਿਚਕਾਰ ਦੀ ਬਣਾ ਦਿੱਤਾ ਗਿਆ ਸੀ। ਨੰਬਰ 3 ਦੇ ਉੱਪਰ ਹੈ 12 ਏਅਰਪੋਰਟ ਸਕਾਟਲੈਂਡ। ਇਸ ਏਅਰਪੋਰਟ ਨੂੰ ਵੀ ਦੁਨੀਆ ਦੇ ਸਭ ਤੋਂ ਖਤਰਨਾਕ ਏਅਰਪੋਰਟ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਇਹ ਏਅਰਪੋਰਟ ਸਕਾਟਲੈਂਡ ਦੇ 12 ਦੀਪ ਦੇ ਉੱਪਰ ਬਣਿਆ ਹੋਇਆ ਹੈ। ਤੁਹਾਨੂੰ ਇਹ ਜਾਣ ਕੇ ਕਾਫੀ ਜ਼ਿਆਦਾ ਹੈਰਾਨੀ ਹੋਵੇਗੀ ਕਿ ਇਹ ਦੁਨੀਆ ਦਾ ਪਹਿਲਾ ਅਜਿਹਾ ਹਵਾਈ ਅੱਡਾ ਹੈ ਜਿਸ ਦੀ ਰਨਵੇ ਹੀ ਨਹੀਂ ਹੈ। ਇੱਥੇ ਬੀਚ ਦੇ ਉੱਪਰ ਹੀ ਜਹਾਜ਼ ਲੈਂਡ ਅਤੇ ਟੇਕ ਆਫ ਕੀਤੇ ਜਾਂਦੇ ਹਨ। ਇਹ ਹਵਾਈ ਅੱਡਾ ਸਮੁੰਦਰੀ ਤੱਟ ਦੇ ਉੱਪਰ ਬਣਿਆ ਹੋਇਆ ਹੈ, ਇਸ ਲਈ ਜਦੋਂ ਵੀ ਜਵਾਰ ਭਾਟਾ ਆਉਂਦਾ ਹੈ ਤਾਂ ਇਹ ਹਵਾਈ ਅੱਡਾ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ। ਇਸ ਸਮੁੰਦਰ ਦੇ ਵਿੱਚ ਕਾਫੀ ਜ਼ਿਆਦਾ ਤੂਫਾਨ ਆਉਂਦੇ ਰਹਿੰਦੇ ਹਨ, ਜਿਸ ਕਰਕੇ ਇੱਥੇ ਮੌਸਮ ਦੇ ਅਨੁਸਾਰ ਹੀ ਜਹਾਜ਼ਾਂ ਨੂੰ ਲੈਂਡ ਕਰਵਾਇਆ ਜਾਂਦਾ ਹੈ। ਇਹ ਹਵਾਈ ਅੱਡਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਰਫ ਕੁਝ ਕੁ ਘੰਟਿਆਂ ਲਈ ਹੀ ਖੁੱਲ੍ਹਾ ਰਹਿੰਦਾ ਹੈ। ਨੰਬਰ 4 ਤੇ ਹੈ ਜੀ ਪਾਰੋ ਇੰਟਰਨੈਸ਼ਨਲ ਏਅਰਪੋਰਟ ਭੂਟਾਨ। ਪਾਰੋ ਭੂਟਾਨ ਦਾ ਇਕਲੌਤਾ ਹਵਾਈ ਅੱਡਾ ਹੈ ਜਿਹੜਾ ਕਿ 5000 ਤੋਂ ਜ਼ਿਆਦਾ ਉੱਚੇ ਪਰਬਤਾਂ ਦੀਆਂ ਚੋਟੀਆਂ ਦੇ ਵਿਚਕਾਰ ਘਿਰਿਆ ਹੋਇਆ ਹੈ। ਪਾਰੋ ਏਅਰਪੋਰਟ ਦਾ ਰਨਵੇ ਸਿਰਫ 2265 ਮੀਟਰ ਲੰਬਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਹਵਾਈ ਅੱਡਾ ਇੰਨਾ ਜ਼ਿਆਦਾ ਖਤਰਨਾਕ ਹੈ ਕਿ ਹੁਣ ਤੱਕ ਇੱਥੇ ਸਿਰਫ ਕੁਝ 94 ਪਾਇਲਟ ਨੂੰ ਹੀ ਜਹਾਜ਼ ਲੈਂਡ ਕਰਨ ਦੀ ਆਗਿਆ ਮਿਲੀ ਹੈ। ਇਸ ਏਅਰਪੋਰਟ ਦੇ ਰਨਵੇ ਦੇ ਉੱਪਰ ਸਿਰਫ ਵਧੀਆ ਵਿਜੀਬਿਲਟੀ ਦੇ ਵਿੱਚ ਹੀ ਜਹਾਜ਼ ਨੂੰ ਲੈਂਡ ਕਰਵਾਇਆ ਜਾ ਸਕਦਾ ਹੈ। ਇਸ ਏਅਰਪੋਰਟ ਦੇ ਉੱਪਰ ਰਡਾਰ ਵੀ ਕੰਮ ਨਹੀਂ ਕਰਦਾ, ਇਸ ਕਰਕੇ ਪਾਇਲਟ ਨੂੰ ਮੈਨੂਅਲੀ ਹੀ ਜਹਾਜ਼ ਨੂੰ ਲੈਂਡ ਅਤੇ ਟੇਕ ਆਫ ਕਰਾਇਆ ਜਾਂਦਾ ਹੈ। ਇਸ ਏਅਰਪੋਰਟ ਦੀ ਖਾਸ ਗੱਲ ਇਹ ਹੈ ਕਿ ਇੱਥੇ ਜਹਾਜ਼ ਨੂੰ ਲੈਂਡ ਕਰਵਾਉਂਦੇ ਸਮੇਂ ਪਾਇਲਟ ਨੂੰ 18000 ਫੁੱਟ ਤੋਂ ਜ਼ਿਆਦਾ ਉੱਚੀਆਂ ਚਟਾਨਾਂ ਦੇ ਉੱਪਰੋਂ ਦੀ ਘੁੰਮ ਕੇ ਆਉਣਾ ਪੈਂਦਾ ਹੈ। ਨੰਬਰ 5 ਦੇ ਉੱਪਰ ਹੈ ਜੀ ਮਾਲੇ ਇੰਟਰਨੈਸ਼ਨਲ ਏਅਰਪੋਰਟ ਮਾਲਦੀਵ। ਮਾਲਦੀਵ ਦੇ ਇਸ ਏਅਰਪੋਰਟ ਦੇ ਉੱਪਰ ਪਾਇਲਟ ਨੂੰ ਜਹਾਜ਼ ਲੈਂਡ ਅਤੇ ਟੇਕ ਆਫ ਕਰਾਉਣ ਦੇ ਲਈ ਕਾਫੀ ਜ਼ਿਆਦਾ ਮੁਸ਼ਕਲ ਕਰਨੀ ਪੈਂਦੀ ਹੈ। ਇਹ ਹਵਾਈ ਅੱਡਾ ਸਮੁੰਦਰੀ ਤੱਟ ਤੋਂ ਸਿਰਫ 200 ਮੀਟਰ ਦੀ ਉਚਾਈ ਦੇ ਉੱਪਰ ਹੀ ਬਣਿਆ ਹੋਇਆ ਹੈ। ਇਹ ਦੁਨੀਆ ਦਾ ਇਕਲੌਤਾ ਅਜਿਹਾ ਏਅਰਪੋਰਟ ਹੈ ਜਿਸ ਨੂੰ ਕੂਲ ਟਾਰ ਦੀ ਮਦਦ ਦੇ ਨਾਲ ਬਣਾਇਆ ਗਿਆ ਹੈ। ਇਹ ਏਅਰਪੋਰਟ ਸਮੁੰਦਰ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਹੈ। ਇੱਥੇ ਪਾਇਲਟ ਦੀ ਇੱਕ ਛੋਟੀ ਜਿਹੀ ਗਲਤੀ ਵੀ ਪੂਰੇ ਦੇ ਪੂਰੇ ਜਹਾਜ਼ ਨੂੰ ਹਿੰਦ ਮਹਾਸਾਗਰ ਦੇ ਵਿੱਚ ਸੁੱਟ ਸਕਦੀ ਹੈ। ਇਸ ਏਅਰਪੋਰਟ ਦੇ ਉੱਪਰ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਸਪੀਡ ਬੋਟ ਦੀ ਮਦਦ ਦੇ ਨਾਲ ਦੂਜੀ ਥਾਂ ਤੇ ਪਹੁੰਚਾਇਆ ਜਾਂਦਾ ਹੈ। ਨੰਬਰ 6 ਦੇ ਉੱਪਰ ਹੈ ਸਾਬਾ ਏਅਰਪੋਰਟ ਨੀਦਰਲੈਂਡ। ਸਾਬਾ ਏਅਰਪੋਰਟ ਇੱਕ ਅਜਿਹੀ ਥਾਂ ਤੇ ਬਣਿਆ ਹੋਇਆ ਹੈ ਜਿੱਥੇ 3 ਪਾਸਿਓਂ ਤਾਂ ਸਮੁੰਦਰ ਦੇ ਨਾਲ ਘਿਰਿਆ ਹੋਇਆ ਹੈ ਤੇ ਇਸ ਦੇ ਇੱਕ ਪਾਸੇ ਪਰਬਤੀ ਚੋਟੀਆਂ ਹਨ। ਇਸ ਨੂੰ ਕਾਫੀ ਜ਼ਿਆਦਾ ਖਤਰਨਾਕ ਏਅਰਪੋਰਟ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਰਨਵੇ ਦੀ ਲੰਬਾਈ ਸਿਰਫ 400 ਮੀਟਰ ਹੈ। ਇੱਥੇ ਸਿਰਫ ਛੋਟੇ ਜਹਾਜ਼ ਹੀ ਲੈਂਡ ਕਰ ਸਕਦੇ ਨੇ ਜਿਨ੍ਹਾਂ ਦੀ ਰਫ਼ਤਾਰ ਤੇਜ਼ੀ ਦੇ ਨਾਲ ਘੱਟ ਹੋ ਜਾਂਦੀ ਹੈ। ਇਹ ਰਨਵੇ ਜਿੰਨਾ ਦੇਖਣ ਦੇ ਵਿੱਚ ਸੋਹਣਾ ਲੱਗਦਾ ਹੈ ਉਸ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ। 7ਵੇਂ ਨੰਬਰ ਦੇ ਉੱਪਰ ਜਿਹੜਾ ਦੁਨੀਆ ਦਾ ਡੇਂਜਰਸ ਏਅਰਪੋਰਟ ਹੈ ਇਹ ਇੰਡੀਆ ਦੇ ਵਿੱਚ ਮੌਜੂਦ ਹੈ। ਨੰਬਰ 7 ਦੇ ਉੱਪਰ ਹੈ ਲੇ ਏਅਰਪੋਰਟ ਇੰਡੀਆ। ਲੇ ਏਅਰਪੋਰਟ ਦੁਨੀਆ ਦਾ 23ਵਾਂ ਸਭ ਤੋਂ ਉੱਚਾ ਏਅਰਪੋਰਟ ਹੈ। ਇਸ ਏਅਰਪੋਰਟ ਨੂੰ ਸਮੁੰਦਰੀ ਤਲ ਤੋਂ ਤਕਰੀਬਨ 10682 ਫੁੱਟ ਦੀ ਉਚਾਈ ਤੇ ਬਣਾਇਆ ਗਿਆ ਹੈ। ਇਹ ਹਵਾਈ ਅੱਡਾ ਇੱਕ ਛੋਟੇ ਜਿਹੇ ਰਨਵੇ ਦੇ ਨਾਲ ਚਾਰੇ ਪਾਸਿਆਂ ਤੋਂ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਹੈ। ਲੇ ਏਅਰਪੋਰਟ ਨੂੰ ਕਾਫੀ ਜ਼ਿਆਦਾ ਰਿਸਕੀ ਏਅਰਪੋਰਟ ਮੰਨਿਆ ਜਾਂਦਾ ਹੈ। ਇੱਕ ਤਾਂ ਇੱਥੇ ਦੁਪਹਿਰ ਦੇ ਸਮੇਂ ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਹੈ ਜਿਸ ਕਰਕੇ
करके इतने सुबह के समय ही जहाज को लैंड और टेक ऑफ किया जाता है। दूजा इतने भारी जहाजों को उतरने की बिल्कुल भी इजाजत नहीं है। इस एयरपोर्ट के उपर जाने से पहले पायलट को स्पेशल ट्रेनिंग लेनी पड़ती है। नंबर 8 के उपर है जी I-97 एयरपोर्ट अंटार्टिका। यह एयरपोर्ट देखने के काफी ज्यादा सोहना लगता है, पर सोहना होने के नाल नाल यह काफी ज्यादा खौफनाक भी है, क्योंकि इतों का तापमान -50 डिग्री सेल्सियस तक हो जाता है। इसके कारण समुद्र का पानी इतने जम के बर्फ बन जाता है, जिसके कारण ही जहाज की लैंडिंग टेक ऑफ करवानी इतने काफी ज्यादा औखी हो जाती है। हालांकि इतों का रनवे मीडियम से बड़े जहाजों के भार को भी संभाल सकता है, पर अंटार्टिका के पक्के रनवे नहीं होंगे, इस करके इतने जहाजों को बर्फ के उपर लैंड टेक ऑफ करना पैंदा है। इस करके इतने लैंडिंग करते समय पायलट को सिर्फ बर्फ दी बड़ी बड़ी लाइना ही दिखाई देंदिया हैं। जेकर इतने बर्फ थोड़ी जी भी पिघल जाए तो इतने बहुत बड़ा हादसा हो सकता है, इसलिए इतने जहाज के लैंड होने तो पहला ही यह चेक किया जाता है कि रनवे के उपर कि बर्फ के कोई दरार तो नहीं है। चंगी तरह चेक करने तो बाद ही जहाज को इतने लैंड टेक ऑफ करने की इजाजत दी जाती है। नंबर 9 के उपर है प्रिंस जुलियाना एयरपोर्ट सेंट मार्टिन। यह एयरपोर्ट कैरबियन आइलैंड सेंट मार्टिन के उपर बनया होया है। इस एयरपोर्ट के रनवे के सामने एक बहुत ज्यादा मशहूर बीच भी है। जो इस रनवे के उपर की कोई जहाज लैंड या टेक ऑफ करता है तो उसकी बीच के उपर ऊंचाई काफी ज्यादा घट होती है। इस करके इस बीच के उपर खड़ के लोग जहाज को काफी ज्यादा नेड़े तो देख सकते हैं, तो उसके सामने खड़ के फोटो वीडियो बनाते हैं। अजिहा नजारा दुनिया के होर कि देखने नहीं मिलता, पर रब ना करे कि जेकर किसी समय जहाज के लैंडिंग या टेक ऑफ करते समय उसके कोई टेक्निकल इशू आ जाए तो यह सोहना नजारा काफी खौफनाक मजर के बदल जाएगा। नंबर 10 के उपर है कंसाई इंटरनेशनल एयरपोर्ट जापान। यह हवाई अड्डा जापान के एक द्वीप के उपर बनाया गया है, जिहड़ा कि 4 किलोमीटर लंबा है। इस एयरपोर्ट के उपर तूफान चक्रवात वर्गे कई खतरे घूमते रहते हैं, पर इस एयरपोर्ट की यह सब तो वड्डी समस्या नहीं है। इस एयरपोर्ट की सब तो वड्डी समस्या यह है कि अगले 4 से 5 दहाकों के दौरान ग्लोबल वार्मिंग के कारण समुद्र का लेवल बढ़ेगा, उस दे नाल एयरपोर्ट भी पानी के डुब जाएगा। यह सी दुनिया के सब तो खतरनाक 10 एयरपोर्ट। तुहानू साडी वीडियो किदां लगी कमेंट करके जरूर दसना, ते साडे फेसबुक के पेज जो टीवी मीडिया ने जरूर फॉलो करना। धन्यवाद।